ਗੱਲ ਕਰਨ ਦਾ ਸਟਾਈਲ ਕਿਹੋ ਜਿਹਾ ਹੋਵੇ, ਇਹ ਵੀ ਚਲੋ ਸੁਣਾ ਦੇਣਾ, ਮੈਨੂੰ ਵੈਸੇ ਯਾਦ ਆ ਗਿਆ ਵਿੱਚ ਦੀ। ਇੱਕ ਦਿਨ ਟੈਲੀਵਿਜ਼ਨ 'ਤੇ ਰੇਸ਼ਮਾ ਦੀ ਇੰਟਰਵਿਊ ਆ ਰਹੀ ਸੀ। ਹੁਣ ਤੁਸੀਂ ਦੇਖੋ, ਰੇਸ਼ਮਾ ਬਾਗੜੀ ਲੁਹਾਰਾਂ ਦੀ ਕੁੜੀ ਸੀ, ਵਡੇਰੇ ਇਹਨਾਂ ਦੇ 47 'ਚ ਰਾਜਸਥਾਨ 'ਚੋਂ ਗਏ ਸਨ ਪਾਕਿਸਤਾਨ 'ਚ, ਅਨਪੜ੍ਹ, ਮਸਾਂ ਔਖੀ ਸੌਖੀ ਹੋ ਕੇ ਉਹਨੇ ਵੀ ਪੇਮੈਂਟਾਂ ਲੈਣੀਆਂ ਨੇ, ਆਪਣੇ ਦਸਖਤ ਕਰਨੇ ਸਿੱਖੇ ਸੀ, ਹੋਰ ਉਹਨੂੰ ਨਹੀਂ ਆਉਂਦਾ ਸੀ ਕੁਛ, ਕੋਰੀ ਅਨਪੜ੍ਹ। ਉਹਦੀ ਇੰਟਰਵਿਊ ਆ ਰਹੀ, ਐਂਕਰ ਪੁੱਛਣ ਲੱਗਿਆ ਕਿਹੜਾ ਵੱਡਾ ਗਾਇਕ ਤੁਹਾਨੂੰ ਚੰਗਾ ਲੱਗਿਆ? ਉਹ ਕਹਿੰਦੀ ਸਾਰੇ ਚੰਗੇ ਲੱਗਦੇ ਨੇ। ਨਹੀਂ ਨਹੀਂ ਕਿਸੇ ਇੱਕ ਦਾ ਨਾਂ ਲਓ। ਉਹ ਕਹਿੰਦੀ ਇੱਕ ਨਾਂ ਤਾਂ ਅੱਲਾ ਪਰਵਰਦਗਾਰ ਦਾ, ਉਸੇ ਦਾ ਨਾਂ ਤਾਂ ਲੈਂਦੀ ਹਾਂ, ਉਸੇ ਦਾ ਦਿੱਤਾ ਤਾਂ ਖਾਂਦੀ ਹਾਂ ਮੈਂ। ਐਂਕਰ ਕਹਿੰਦਾ ਨਹੀਂ ਨਹੀਂ ਰੱਬ ਦਾ ਨਾਂ ਨਹੀਂ ਮੈਂ ਪੁੱਛਿਆ, ਗਾਇਕ ਦਾ ਨਾਂ, ਕਿਸੇ ਇੱਕ ਗਾਇਕ ਦਾ ਨਾਂ ਲਓ ਜਿਹੜਾ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਹੋਵੇ। ਉਹ ਕਹਿੰਦੀ ਜੇ ਬਜ਼ਿੱਦ ਹੋ ਤਾਂ ਇੱਕ ਨਹੀਂ ਦੋ ਨਾਂ ਲਵਾਂਗੀ, ਇੱਕ ਮਲਕਾ ਏ ਤਰੰਨਮ ਨੂਰ ਜਹਾਨ, ਦੂਸਰੀ ਲਤਾ ਮੰਗੇਸ਼ਕਰ। ਮੈਂ ਬਾਲੜੀ ਹੁੰਦੀ ਸਾਂ, ਇਹਨਾਂ ਦੋਵਾਂ ਦੇ ਪੱਥਰ ਦੇ ਤਵੇ ਵੱਜਦੇ ਹੁੰਦੇ ਸਨ, ਮੈਂ ਨਕਲ ਕਰਦੀ ਰਹਿੰਦੀ, ਇਹਨਾਂ ਨੂੰ ਸੁਣ ਸੁਣ ਕੇ ਗਾਉਂਦੀ ਰਹਿੰਦੀ। ਗੁਆਂਢੀ ਕਹਿੰਦੇ ਤੂੰ ਗਾ ਸਕਦੀ ਹੈ? ਮਾਪਿਆਂ ਨੂੰ ਆਖਿਆ ਕਿ ਇਹਨੂੰ ਉਸਤਾਦਾਂ ਕੋਲ ਭੇਜੋ। ਉਸਤਾਦਾਂ ਕੋਲ ਮੈਂ ਚਲੀ ਗਈ, ਉਸਤਾਦਾਂ ਨੇ ਸਿਖਾਉਣਾ ਸ਼ੁਰੂ ਕੀਤਾ, ਮੈਂ ਸਿੱਖਣਾ ਸ਼ੁਰੂ ਕੀਤਾ, ਰਿਆਜ਼ ਕਰਦੀ ਰਹੀ। ਅੱਜ ਤੁਸਾਂ ਲੋਕਾਂ ਨੇ ਮੈਨੂੰ ਮਨਜ਼ੂਰ ਕਰ ਲਿਆ। ਹੁਣ ਸਟਾਈਲ ਦੇਖੋ ਗੱਲ ਕਰਨ ਦਾ, ਅੱਜ ਮੁਕਾਮ ਇਹ ਵੇ ਕਿ ਮੇਰਾ ਇੱਕ ਗੀਤ ਮੇਰਿਆਂ ਸੁਰਾਂ 'ਚ ਮਲਕਾ ਏ ਤਰੰਨਮ ਨੇ ਗਾਇਆ, ਮੇਰਾ ਦੂਜਾ ਗੀਤ ਮੇਰਿਆਂ ਸੁਰਾਂ 'ਚ ਲਤਾ ਮੰਗੇਸ਼ਕਰ ਨੇ ਗਾਇਆ। ਇਹਦਾ ਮਤਲਬ ਇਹ ਨਹੀਂ ਕਿ ਮੈਂ ਵੱਡੀ ਹੋ ਗਈ ਹਾਂ, ਦਰਅਸਲ ਛੋਟਿਆਂ ਦੀ ਹੌਸਲਾ ਅਫਜ਼ਾਈ ਕਰਨ ਵਾਸਤੇ ਵੱਡਿਆਂ ਦੇ ਆਪਣੇ ਤਰੀਕੇ ਹੁੰਦੇ ਨੇ। ਅਨਪੜ੍ਹ ਕੁੜੀ ਇਹ ਆਪਣੀ ਇੱਜ਼ਤ ਹੈ ਜਿਹੜੀ ਉਹ ਵੀ ਬਰਕਰਾਰ ਰੱਖਦੀ ਹੈ, ਆਪਣੀ ਤਾਕਤ ਵੀ ਦੱਸ ਰਹੀ ਹੈ, ਲੇਕਿਨ ਵੱਡਿਆਂ ਨੂੰ ਯਾਦ ਕਿਵੇਂ ਕਰ ਰਹੀ ਹੈ? ਇਹ ਜੇ ਆਪਾਂ ਨੂੰ ਪਤਾ ਲੱਗ ਜੇ ਆਪਣਾ ਕੱਦ ਵੀ ਉੱਚਾ ਹੋ ਜੇ। ਬੋਲ ਦੋ ਤਿੰਨ ਤੁਹਾਨੂੰ ਸੁਣਾਉਣੇ ਨੇ ਰਾਏ ਬੁਲਾਰ ਖਾਨ ਸਾਹਿਬ ਦੇ। ਰਾਏ ਬੁਲਾਰ ਖਾਨ ਸਾਹਿਬ ਪਿਤਾ ਮਹਿਤਾ ਕਲਿਆਣ ਰਾਏ ਦੇ ਜਮਾਤੀ ਵੀ ਸਨ, ਦੋਸਤ ਵੀ। ਜਮਾਤੀ ਨੂੰ ਅਤੇ ਦੋਸਤ ਨੂੰ ਆਪਣੇ ਮੁਰੱਬਿਆਂ ਦੇ ਪ੍ਰਬੰਧ ਕਰਨ ਵਾਸਤੇ ਪਟਵਾਰੀ ਦੀ ਨਿਯੁਕਤੀ ਰਾਏ ਬੁਲਾਰ ਖਾਨ ਸਾਹਿਬ ਨੇ ਕੀਤੀ ਸੀ। ਸੱਪ ਦੀ ਛਾਂ ਕੀਤੀ ਹੋਈ ਦੇਖੀ ਸੀ, ਕੁਛ ਹੋਰ ਚੀਜ਼ਾਂ ਦੇਖੀਆਂ। ਰਾਏ ਬੁਲਾਰ ਖਾਨ ਸਾਹਿਬ ਨੂੰ ਪਤਾ ਲੱਗਿਆ ਕਿ ਇਹ ਬੱਚਾ ਆਮ ਨਹੀਂ। ਆਪਾਂ ਨੂੰ ਸਾਖੀ ਪਤਾ, ਸੱਚੇ ਸੌਦੇ ਵਾਲੀ, ਉਹ ਸੱਚੇ ਸੌਦੇ ਵਾਲੀ ਸਾਖੀ ਨੂੰ ਖਰਾ ਸੌਦਾ ਲਿਖਿਆ, ਸਾਖੀ, ਜਨਮ ਸਾਖੀ 'ਚ। ਕੁਛ ਪ੍ਰਚਾਰਕ ਅਤੇ ਕੀਰਤਨੀ ਦੱਸਦੇ ਨੇ ਕਿ ਲੰਗਰ ਦੀ ਸ਼ੁਰੂਆਤ ਉਹਨਾਂ 20 ਰੁਪਈਆਂ ਨਾਲ ਹੋਈ। ਮੈਂ ਇਹਦੇ ਨਾਲ ਸਹਿਮਤ ਨਹੀਂ ਹਾਂ। ਬਗਾਨੀ ਕਮਾਈ ਸੀ, ਉਹ ਬਗਾਨੀ ਕਮਾਈ ਨਾਲ ਲੰਗਰ ਸ਼ੁਰੂ ਕਰਨ ਦੇ ਹੱਕ 'ਚ ਨਹੀਂ ਸਨ ਮਹਾਰਾਜ, ਲੰਗਰ ਕਰਤਾਰਪੁਰ ਸ਼ੁਰੂ ਹੋਇਆ ਸੀ। ਰਾਏ ਬੁਲਾਰ ਖਾਨ ਸਾਹਿਬ ਦੀ ਗੱਲ ਤਾਂ ਸੁਣਾਉਣੀ ਹੈ, ਲੇਕਿਨ ਲੰਗਰ ਅਤੇ ਕਰਤਾਰਪੁਰ ਸ਼ੁਰੂ ਹੋਇਆ ਇਹਦੇ ਬਾਰੇ ਵੀ ਤੁਹਾਨੂੰ ਇੱਕ ਘਟਨਾ ਮੈਨੂੰ ਯਾਦ ਆ ਗਈ ਪਰਸਨਲ। ਮੇਰੇ ਸੀਨੀਅਰ ਕੁਲੀਗ ਹੁੰਦੇ ਸਨ, ਹੈੱਡ ਆਫ ਦਾ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ, ਮਹਿੰਦਰਪਾਲ ਕੋਹਲੀ, ਹਿੰਦੂ ਸਨ, ਪ੍ਰੋਫੈਸਰ ਸਨ ਪੰਜਾਬੀ ਦੇ, ਡਾਇਰੈਕਟਰ ਸਨ ਐਜੂਕੇਸ਼ਨ, ਉਹ ਡਿਸਟੈਂਸ ਐਜੂਕੇਸ਼ਨ ਡਿਪਾਰਟਮੈਂਟ। ਇੱਕੋ ਹੀ ਧੀ ਸੀ ਉਹਨਾਂ ਦੀ, ਉਹ ਉਹਨਾਂ ਦਾ ਹਸਬੈਂਡ ਜਾਣੀ ਕਿ ਜਵਾਈ ਦੂਰ ਵੱਸਦਾ ਸੀ, ਅਤੇ ਫਿਰ ਉਹ ਇੱਕੋ ਬੇਟੀ ਸੀ, ਰਿਟਾਇਰਮੈਂਟ ਤੋਂ ਬਾਅਦ ਫਿਰ ਉਹ ਆਸਾਮ 'ਚ ਆਪਣੀ ਧੀ ਕੋਲ ਚਲੇ ਗਏ। ਕਦੀ ਕਦਾਈ ਮੈਨੂੰ ਚਿੱਠੀ ਲਿਖਦੇ ਹੁੰਦੇ ਸੀ, ਇੱਕ ਚਿੱਠੀ 'ਚ ਲਿਖਿਆ ਉਹਨਾਂ ਨੇ, ਪਿਆਰੇ ਪੰਨੂ, ਅੱਜ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਸੀ, ਸਵੇਰ ਸਾਰ ਉੱਠਿਆ, ਇਸ਼ਨਾਨ ਕੀਤਾ, ਗੁਰਦੁਆਰਾ ਸਾਹਿਬ ਗਿਆ, ਸੇਵਾ ਕੀਤੀ, ਲੰਗਰ ਵਰਤਾਇਆ, ਲੰਗਰ ਛਕਿਆ, ਸਾਰਾ ਦਿਨ ਚੰਗਾ ਲੰਘਿਆ, ਤੂੰ ਯਾਦ ਆਇਆ, ਸੋਚਿਆ ਤੈਨੂੰ ਜੋ ਮੇਰੇ ਦਿਲ 'ਚ ਅਹਿਸਾਸ ਪੈਦਾ ਹੁੰਦਾ ਰਿਹਾ ਉਹ ਗੱਲ ਸੁਣਾਵਾਂ, ਸ਼ਾਇਦ ਤੈਨੂੰ ਚੰਗੀ ਲੱਗੇ।
2500 ਸਾਲ ਪਹਿਲੋਂ ਇਹ ਚਿੱਠੀ 'ਚ ਲਿਖਿਆ ਹੈ, 2500 ਸਾਲ ਪਹਿਲੋਂ ਕਪਿਲਵਸਤੂ ਦੀ ਰਿਆਸਤ 'ਚੋਂ ਇੱਕ ਜਵਾਨ ਨਿਕਲਿਆ, ਹੱਥ 'ਚ ਮੰਗਤਿਆਂ ਦਾ ਠੂਠਾ ਫੜਿਆ ਅਤੇ ਮੰਗਣ ਲੱਗ ਗਿਆ। ਪੂਰੇ ਦਾ ਪੂਰਾ ਇੱਕ ਰਾਸ਼ਟਰ ਮੰਗਤਿਆਂ ਦਾ ਰਾਸ਼ਟਰ ਬਣਾ ਦਿੱਤਾ। ਭਿੱਖੂ ਮੈਨੇ ਮੰਗਤਾ ਹੁੰਦਾ, ਭੀਖ ਮੰਗਣ ਵਾਲਾ। ਕਹਿੰਦੇ ਉਹਦੇ ਤੋਂ 2000 ਸਾਲ ਬਾਅਦ, ਅੱਜ ਤੋਂ 500 ਸਾਲ ਪਹਿਲੋਂ ਤਲਵੰਡੀ ਪਿੰਡ 'ਚ ਇੱਕ ਬੱਚਾ ਪੈਦਾ ਹੋਇਆ, ਜਵਾਨ ਹੋਇਆ, ਬੰਦਗੀ ਕੀਤੀ, ਪਿਛਲੀ ਉਮਰੇ ਜ਼ਮੀਨ ਲਈ, ਹਲ ਵਾਹਿਆ, ਮੱਝਾਂ ਪਾਲੀਆਂ, ਖੀਰ ਦਾ ਕੜਾਹਾ ਤਿਆਰ ਕਰਕੇ ਕਟੋਰਾ ਹੱਥ 'ਚ ਮੈਨੂੰ ਫੜਾ ਕੇ ਕਿਹਾ, ਨਾਲੇ ਲੋੜਵੰਦਾਂ ਨੂੰ ਛਕਾ, ਨਾਲੇ ਆਪ ਛਕ। ਮੰਗਤਿਆਂ ਦੇ ਰਾਸ਼ਟਰ ਨੂੰ ਉਸ ਸ਼ਖਸ ਨੇ ਦਾਤਿਆਂ ਦੇ ਰਾਸ਼ਟਰ 'ਚ ਬਦਲ ਦਿੱਤਾ। ਇੱਕ ਸ਼ਖਸ ਦੇ ਵਿੱਚ ਇੰਨੀ ਤਾਕਤ ਹੁੰਦੀ ਹੈ। ਹਿਸਟਰੀ ਪੜ੍ਹਾਉਂਦਾ ਹੋਇਆ ਮੈਂ ਇਹ ਦੱਸਦਾ ਹੁੰਦਾ ਕਿ ਆਪਾਂ ਜੱਜ ਕਿਵੇਂ ਕਰੀਏ, ਫਲਾਣਾ ਚੰਗਾ ਸੀ, ਫਲਾਣਾ ਮਾੜਾ ਸੀ, ਜਨਮ ਵੇਲੇ ਦੁਨੀਆ ਕਿਹੋ ਜਿਹੀ ਸੀ, ਜਦੋਂ ਦੇਹਾਂਤ ਹੋਇਆ ਤਾਂ ਦੁਨੀਆ ਕਿਹੋ ਜਿਹੀ ਹੋ ਗਈ, ਉਹਦੇ ਤੋਂ ਬਾਅਦ ਦੁਨੀਆ ਨੇ ਕੋਈ ਅਸਰ ਕਬੂਲਿਆ ਕਿ ਨਾ, ਇਹ ਜੱਜਮੈਂਟ ਹੁੰਦੀ ਹੈ ਆਪਣੀ। ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਦਾ ਜਹਾਨ ਹੋਰ ਤਰ੍ਹਾਂ ਦਾ ਜਹਾਨ ਸੀ, ਉਹਨਾਂ ਤੋਂ ਬਾਅਦ ਸ੍ਰਿਸ਼ਟੀ ਦਾ ਪੇੜਾ ਉਹਨਾਂ ਨੇ ਜਦੋਂ ਗੁੰਨਿਆ ਨਵੇਂ ਸਿਰੇ ਤੋਂ ਤਾਂ ਸੰਸਾਰ ਨਵਾਂ ਹੋ ਗਿਆ। ਜਦੋਂ ਪਤਾ ਲੱਗਿਆ ਨਾ ਪਿਤਾ ਜੀ ਨੂੰ, 20 ਰੁਪਈਆਂ ਵਾਲਾ, ਪਹਿਲੋਂ ਆਪਣੇ ਬੇਟੇ ਦੀ ਝਾੜ ਝੰਬ ਨਹੀਂ ਕੀਤੀ, ਭਾਈ ਬਾਲਾ ਜੀ ਦੇ ਘਰ ਗਏ, ਭਾਈ ਬਾਲਾ ਜੀ ਨੂੰ ਨਾਲ ਤੋਰਿਆ ਸੀ, ਆਪਣੇ ਬੇਟੇ ਦੇ ਸੁਭਾਅ ਦਾ ਪਤਾ ਸੀ ਬਾਪੂ ਨੂੰ ਕਿ 20 ਰੁਪਈਏ ਕਿਤੇ ਨੁਕਸਾਨ ਨਾ ਹੋ ਜੇ, ਉਹ 4 ਸਾਲ ਵੱਡਾ ਵੀ ਹੈ ਅਤੇ ਜ਼ਿੰਮੇਵਾਰ ਵੀ ਹੈ ਬਾਲਾ, ਭਾਈ ਬਾਲਾ ਜੀ ਨੂੰ ਨਾਲ ਭੇਜਿਆ ਸੀ। ਭਾਈ ਬਾਲਾ ਜੀ ਦੇ ਘਰ ਗਏ, ਭਾਈ ਬਾਲਾ ਜੀ ਨੂੰ ਕਹਿੰਦੇ ਕੀ ਕੀਤਾ ਅੱਜ, ਉਹ ਕਹਿੰਦੇ ਜੀ ਅਸਾਂ ਤਾਂ ਬਹੁਤ ਰੋਕੇ ਸੀ, ਆ ਸਾਡੀ ਤਾਂ ਗੱਲ ਹੀ ਨਹੀਂ ਸੁਣੀ। ਕਹਿਣ ਲੱਗੇ ਇਹ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ, ਮਿੱਠੇ ਬੋਲ ਸੁਣਾਂਗੇ, ਮਿੱਠੇ ਬੋਲਾਂ ਤੋਂ ਵੱਧ ਕੀਮਤੀ ਰੁਪਈਆ, ਧਨ, ਅੰਨ ਕੁਛ ਨਹੀਂ ਹੁੰਦਾ, ਪਰਵਾਹ ਨਾ ਕਰੋ ਪੈਸਿਆਂ ਪੂਸਿਆਂ ਦੀ। ਔਲਾਦ ਤਾਂ ਜੀ ਸਾਰੀ, ਮੈਂ ਤਾਂ ਬਹੁਤ ਰੋਕੀ ਸੀ, ਮੇਰੀ ਜਦੋਂ ਮੰਨੀ ਨਹੀਂ ਮੈਂ ਕੀ ਕਰਾਂ। ਪਿਤਾ ਜੀ ਕਹਿੰਦੇ ਨਾਨਕ ਹੈ ਕਿੱਥੇ ਇਸ ਵੇਲੇ? ਜੀ ਪਿੰਡ ਦੇ ਬਾਹਰ ਤਲਾਬ ਦੇ ਕਿਨਾਰੇ ਕਰਤਾਰ ਦਾ ਨਾਂ ਲੈ ਰਿਹਾ ਹੈ। ਤੇਜ਼ ਕਦਮੀ ਪਿਤਾ ਜਦੋਂ ਪਿੰਡ ਦੇ ਬਾਹਰ ਤਲਾਬ ਵਰ ਤੁਰਿਆ, ਬੇਬੇ ਨਾਨਕੀ ਤੇਜ਼ੀ ਨਾਲ ਪਿੱਛੇ ਪਿੱਛੇ ਚੱਲੀ। ਪਿਤਾ ਨੂੰ ਆਉਂਦਿਆਂ ਦੇਖ ਕੇ ਬਾਬਾ ਅਦਬ ਨਾਲ ਖਲੋਏ ਗਿਆ, ਨਜ਼ਦੀਕ ਆ ਕੇ ਪੁੱਛਿਆ ਕੀ ਕੀਤਾ ਉਸ 20 ਰੁਪਈਆਂ ਦਾ? ਬਾਬੇ ਕਹਿਆ ਜੀ ਖਰਾ ਸੌਦਾ ਕਰਨ ਲਈ ਆਖਿਆ ਸੀ ਨਾ, ਖਰਾ ਸੌਦਾ ਕਰ ਆਏ ਹਾਂ, ਭੁੱਖੇ ਸਾਧੂਆਂ ਨੂੰ ਭੋਜਨ ਕਰਾ ਦਿੱਤਾ। ਸੱਜੇ ਹੱਥ ਨਾਲ ਖੱਬੀ ਗੱਲ ਉੱਤੇ, ਖੱਬੇ ਹੱਥ ਨਾਲ ਸੱਜੀ ਗੱਲ ਉੱਤੇ ਦੋ ਥੱਪੜ ਰਸੀਦ ਕੀਤੇ। ਨਾਨਕੀ ਨੇ ਪਿਤਾ ਦਾ ਹੱਥ ਫੜ ਕੇ ਕਿਹਾ ਪਿਤਾ ਜੀ ਘਰ ਚੱਲੀਏ। ਵਿਦਿਆਰਥੀਓ, ਮੈਂ ਇਹ ਵਾਕ ਪੜ੍ਹ ਕੇ ਅੱਗੇ ਨਹੀਂ ਗਿਆ, ਰੁਕਿਆ, ਪਿਤਾ ਜੀ ਘਰ ਚੱਲੀਏ। ਸੰਸਾਰ ਦੇ ਸਾਰੇ ਧਰਮ ਗ੍ਰੰਥਾਂ 'ਚ ਇਹ ਲਿਖਿਆ ਹੋਇਆ ਕਿ ਇਹ ਧਰਤੀ ਸਾਡਾ ਘਰ ਨਹੀਂ ਹੈ, ਸਰਾਂ ਹੈ, ਸਾਡਾ ਘਰ ਕਿਤੇ ਹੋਰ ਹੈ। ਕਰਮਾਂ ਵਾਲਿਆਂ ਨੂੰ ਉਹ ਘਰ ਨਸੀਬ ਹੋਊ, ਜਿਨ੍ਹਾਂ ਨੂੰ ਇਹ ਘਰ ਨਸੀਬ ਹੋਇਆ ਸੀ, ਬਾਕੀ ਬਹੁਤ ਸਾਰੇ ਹੋਰ ਲੋਕ ਸਨ, ਪਿਤਾ ਨੂੰ ਇਹ ਘਰ ਨਸੀਬ ਨਹੀਂ ਹੋਇਆ ਸੀ। ਪਿਤਾ ਜੀ ਬੁਰੇ ਨਹੀਂ ਸਨ, ਵੱਖਰੀ ਤਰ੍ਹਾਂ ਦੇ ਸਨ। ਪਿਤਾ ਜੀ ਉਹੋ ਜਿਹੇ ਸਨ ਜਿਹੋ ਜਿਹਾ ਮੈਂ ਹਾਂ ਅਤੇ ਜਿਹੋ ਜਿਹਾ ਆਪਾਂ ਸਾਰੇ ਹਾਂ। ਪੰਜਾਬ ਵਾਸੀਆਂ ਬਾਰੇ ਇੱਕ ਅਖਾਣ ਸੁਣਿਆ ਮੈਂ ਕਿ ਪੰਜਾਬ ਦੇ ਲੋਕ ਜੇ ਉਹਨਾਂ ਦਾ ਬੇਟਾ ਡਾਕੂ ਬਣ ਜੇ ਤਾਂ ਬਰਦਾਸ਼ਤ ਕਰ ਲੈਂਦੇ ਨੇ, ਜੇ ਸਾਧ ਹੋ ਜੇ ਉਹ ਬਰਦਾਸ਼ਤ ਨਹੀਂ ਹੁੰਦਾ। ਤਾਂ ਡਾਕੂ ਤੋਂ ਵੀ ਬਦਤਰ ਹੁੰਦਾ ਸਾਧ ਮਾਪਿਆਂ ਵਾਸਤੇ, ਡਾਕੂ ਤਾਂ ਫਿਰ ਵੀ ਕੁਛ ਨਾ ਕੁਛ ਲੈ ਕੇ ਹੀ ਆਊਗਾ, ਸਾਧ ਨੇ ਕੁਛ ਨਹੀਂ ਲਿਆਉਣਾ। ਤੋ ਰਾਏ ਬੁਲਾਰ ਖਾਨ ਸਾਹਿਬ ਨੂੰ ਪਤਾ ਲੱਗਿਆ, ਨੌਕਰ ਭੇਜਿਆ ਮਹਿਤਾ ਨੂੰ ਹਵੇਲੀ ਬੁਲਾ ਕੇ ਲਿਆਓ। ਪਿਤਾ ਸਮਝਦੇ ਸੀ ਵੀ ਨਾਰਾਜ਼ ਹੋਣਗੇ, ਸੁਨੇਹਾ ਭਿਜਵਾ ਤਾਂ ਘਰ ਨਹੀਂ ਹਨ। ਨੌਕਰ ਜਾ ਕੇ ਕਹਿੰਦਾ ਜੀ ਘਰ ਨਹੀਂ ਹਨ,
ਰਾਏ ਕਹਿਆ ਕਿੱਡਾ ਕੁ ਪਿੰਡ ਹੈ ਤਲਵੰਡੀ, ਕਿੱਥੇ ਗਏ ਹੋਣਗੇ। ਦੋ ਨੌਕਰ ਭੇਜੇ, ਕਿਹਾ ਜਿੱਥੇ ਵੀ ਹਨ ਲੱਭ ਕੇ ਲਿਆਓ, ਔਰ ਬਾਬਾ ਨਾਨਕ ਨੂੰ ਨਾਲ ਲੈ ਕੇ ਆਉਣਾ। ਪਿਓ ਪੁੱਤਰ ਦੋਵੇਂ ਹਵੇਲੀ ਪਹੁੰਚੇ, ਬਾਬਾ ਜੀ ਨੂੰ ਛਾਤੀ ਨਾਲ ਲਾਇਆ। ਪਹਿਲਾ ਵਾਕ, ਮਹਿਤਾ ਤੁਸਾਂ ਨੂੰ ਸਖਤ ਤਾਕੀਦ ਕੀਤੀ ਸੀ ਗੱਲ ਕਰਨ ਵੇਲੇ ਇਸ ਬੱਚੇ ਨਾਲ ਉੱਚੀ ਸੁਰ ਵਿੱਚ ਨਹੀਂ ਬੋਲਣਾ, ਅੱਜ ਤਾਂ ਤੁਸੀਂ ਜ਼ਿਆਦਤੀ ਕੀਤੀ। ਪਿਤਾ ਨੇ ਕਿਹਾ ਜੀ ਪੜ੍ਹਨ ਭੇਜਿਆ ਸੀ ਪੜ੍ਹਦਾ ਨਹੀਂ, ਪਸ਼ੂ ਚਾਰਨ ਭੇਜਿਆ ਪਸ਼ੂਆਂ ਵਿੱਚ ਧਿਆਨ ਨਹੀਂ, ਸੋਚਿਆ ਕੱਖ ਨਹੀਂ ਕਰਨ ਵਾਲਾ ਕਿਸੇ ਕੰਮ ਦਾ ਨਹੀਂ, ਹੱਟੀ ਖੁਲਵਾ ਦਿੰਦੇ ਹਾਂ, 20 ਰੁਪਈਏ ਉਜਾੜ ਆਇਆ। ਨੌਕਰ ਨੂੰ ਕਿਹਾ ਅੰਦਰ ਬੇਗਮ ਸਾਹਿਬਾ ਪਾਸੋਂ 20 ਰੁਪਈਏ ਲੈ ਕੇ ਆਓ। ਨੌਕਰ 20 ਰੁਪਈਏ ਲੈ ਆਇਆ। ਲਓ ਮਹਿਤਾ ਤੁਸਾਂ ਦਾ ਘਾਟਾ ਪੂਰਾ ਕਰਦੇ ਹਾਂ। ਪਿਤਾ ਨੇ ਕਿਹਾ ਜੀ ਪੈਸੇ ਤੁਸਾਂ ਦੇ ਹੋਏ ਕਿ ਅਸਾਂ ਦੇ, ਇਸ ਵਿੱਚ ਕੀ ਫਰਕ। ਰਾਏ ਕਹਿਆ ਜੇ ਇਸ ਵਿੱਚ ਕੋਈ ਫਰਕ ਨਹੀਂ ਫਿਰ ਅੱਜ ਜ਼ੁਲਮ ਕਾਸ ਲਈ ਕੀਤਾ ਸਾਈ ਫਰਿਸ਼ਤੇ ਉੱਪਰ। ਫਰਿਸ਼ਤਾ ਲਫ਼ਜ਼ ਵਰਤਿਆ ਹੈ। ਜੇ ਪੈਸਿਆਂ ਦੀ ਕੋਈ ਗੱਲ ਨਹੀਂ ਸੀ ਫਿਰ ਜ਼ੁਲਮ ਕਾਸ ਲਈ ਕੀਤਾ ਸਹੀ ਅੱਜ ਫਰਿਸ਼ਤੇ ਉੱਪਰ। ਪਿਤਾ ਨੇ ਕਿਹਾ ਜੀ ਅੱਜ 20 ਰੁਪਈਆਂ ਦਾ ਨੁਕਸਾਨ ਕਰਕੇ ਆਇਆ ਹੈ, ਕੱਲ੍ਹ ਨੂੰ ਵੱਡਾ ਨੁਕਸਾਨ ਕਰੇਗਾ। ਪਿਤਾ ਹੋਣ ਦੇ ਨਾਤੇ ਮੈਨੂੰ ਆਪਣੀ ਔਲਾਦ ਨੂੰ ਜ਼ਿੰਮੇਵਾਰੀ ਸਿਖਾਉਣ ਦਾ ਵੀ ਕੋਈ ਹੱਕ ਨਹੀਂ। ਰਾਏ ਕਹਿਆ ਜੋ ਤੁਸਾਂ ਨੂੰ ਦਿਸਦਾ ਨਹੀਂ ਔਰ ਸਾਨੂੰ ਸਾਫ਼ ਦਿਖਾਈ ਦਿੰਦਾ ਹੈ, ਕੁੱਲ ਦੁਨੀਆਂ ਦੀ ਦੌਲਤ ਦਾ ਦਰਿਆ ਇਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਉਂਦਾ ਸਾਫ਼ ਦਿਖਾਈ ਦਿੰਦਾ। ਆਈ ਰਿਪੀਟ ਦਿਸ ਸੈਂਟੈਂਸ, ਮਹਿਤਾ ਜੋ ਤੁਸਾਂ ਨੂੰ ਦਿਸਦਾ ਨਹੀਂ ਔਰ ਸਾਨੂੰ ਸਾਫ਼ ਦਿਖਾਈ ਦਿੰਦਾ ਹੈ, ਕੁੱਲ ਦੁਨੀਆਂ ਦੀ ਦੌਲਤ ਦਾ ਦਰਿਆ ਇਸ ਬੱਚੇ ਦੇ ਹੱਥਾਂ ਥਾਣੀ ਵਗਦਾ ਆਉਂਦਾ ਸਾਫ਼ ਦਿਖਾਈ ਦਿੰਦਾ। ਮਹਿਤਾ ਤੁਸੀਂ ਹਿੰਦੂ ਹੋ ਔਰ ਮੈਂ ਮੁਸਲਮਾਨ, ਇਸ ਕਰਕੇ ਚੁੱਪ ਹਾਂ ਕਿ ਤੁਹਾਡਾ ਭਾਈਚਾਰਾ ਚਰਚਾ ਕਰੇਗਾ, ਨਹੀਂ ਤਾਂ ਕਈ ਵਾਰ ਦਿਲ ਵਿੱਚ ਖਿਆਲ ਆਇਆ ਕਿ ਇਸ ਬੱਚੇ ਨੂੰ ਤੁਹਾਡੇ ਘਰੋਂ ਆਪਣੀ ਹਵੇਲੀ ਵਿੱਚ ਲੈ ਆਵਾਂ। ਮਹਿਤਾ ਤੁਸੀਂ ਇਸ ਨੂੰ ਪੁੱਤਰ ਕਰਕੇ ਜਾਣਦੇ ਹੋ, ਅਸੀਂ ਜਾਣਦੇ ਹਾਂ ਖੁਦਾਵੰਦ ਕਰੀਮ ਇਸ ਰਾਹੀਂ ਧਰਤੀ ਉੱਪਰ ਅਸਾਂ ਨਾਲ ਗੱਲਾਂ ਕਰਨ ਆਇਆ ਹੈ। ਆਖਰੀ ਵਾਕ, ਮਹਿਤਾ ਇਸੇ ਸਦਕਾ ਮੇਰੀ ਤਲਵੰਡੀ ਵਸਦੀ ਹੈ। ਕੋਈ ਮੁੱਲ ਹੈ ਨਾ ਵਾਕਾਂ ਦਾ, ਇੱਕ ਇੱਕ ਵਾਕ ਦੇ ਚਰਨਾਂ 'ਚ ਕਰੋੜ ਕਰੋੜ ਰੁਪਈਆ ਰੱਖਦੀ ਉਹ ਛੋਟਾ ਹੈ। ਜਿਨ੍ਹਾਂ ਨੇ ਮਹਾਰਾਜ ਨੂੰ ਜਾਣ ਲਿਆ ਉਹ ਇਹੋ ਜਿਹੇ ਹੋ ਗਏ।